So my last video on housing, how to find housing, was getting a bit longer, so I decided to make a part 2 of Ujala. I want to share with you guys some important points and tips on finding housing. As I said in my last video, electricity here means hydro. So if you are signing any lease or document, just read that whether it has hydro in it or not. You should go for furnished apartment. A furnished apartment will not have kitchen utensils. I think somebody asked me this question, and you will get bed, mattress, study table and dining table, sofa, everything, but you will not get utensils. Also, kitchen appliances will be included, but it can be possible that microwave or toaster might or might not include it. And second, I want to say, when you will come here, you have to sign lease when you will find an apartment. So lease can be either for 4 months, for 6 months, 8 months or 1 year. No short accommodation will be during 8 months or 4 months. I will suggest you to go for 8 months. अगर तुसी फॉर्म विच आ रहे हो, I will highly suggest you to guys to sign a lease for 8 months. When you come in fall, 4 months तक फॉल विच हो गया, then winter विच, and then in summer you can find very cheap. अबे जल्दी बोल, कल सुबह पनवेल निकलना है. My next point is to carefully read any lease or document you are signing. तुसी carefully एक-एक line read करना, because sometimes lease विच एहो जे terms and condition होंदे हैं, जो आपा अदो तक ignore कर देने हैं, but later आपा नो realize होंदे हैं कि आपा गलती कर दी. ਜਿੱਦਾਂ ਕਿ ਮੈਂ 2 ਲੀਸ ਸਾਈਨ ਕੀਤੀ ਹੈਗੀਆਂ ਨੇ ਅੱਜ ਤੱਕ, ਜਿਹਨਾਂ ਲਿਖਿਆ ਹੁੰਦਾ ਸਪੈਸੀਫਿਕਲੀ ਜਦੋਂ ਤੁਹਾਡੀ ਲੀਸ ਟਰਮੀਨੇਟ ਹੋਏਗੀ. ਫੋਰ ਐਗਜ਼ਾਮਪਲ 1 ਈਅਰ ਤੋਂ ਬਾਅਦ ਤੁਹਾਡੀ ਲੀਸ ਖਤਮ ਹੋਣੀ ਹੈ. ਅਗਰ ਤੁਸੀਂ ਉਸ ਟਾਈਮ 'ਤੇ ਸਾਨੂੰ ਨਹੀਂ ਦੱਸੋਗੇ, ਸਾਨੂੰ ਈਮੇਲ ਜਾਂ ਸਾਨੂੰ ਕੋਈ ਇਨਫੋਰਮ ਨਹੀਂ ਕਰੋਗੇ ਕਿ ਤੁਸੀਂ ਆਪਣੀ ਲੀਸ ਨਹੀਂ ਰੀਨਿਊ ਕਰਾਉਣੀ, ਉਹ ਆਟੋਮੈਟਿਕਲੀ ਰੀਨਿਊ ਹੋ ਜਾਏਗੀ. ਮਤਲਬ ਕਿ 1 ਈਅਰ ਖਤਮ ਹੋਣ ਤੋਂ ਬਾਅਦ ਉਹ 1 ਈਅਰ ਖੁਦ ਨੂੰ ਖੁਦ ਰੀਨਿਊ ਹੋ ਜਾਏਗੀ. ਇੱਥੇ ਯੂਜਲੀ ਉਹਨਾਂ ਕੋਲ ਤੁਹਾਡੀ ਅਕਾਊਂਟ ਇਨਫੋਰਮੇਸ਼ਨ ਹੁੰਦੀ ਹੈ, ਜਿੱਥੇ ਤੁਹਾਡੀ ਉਹ ਰੈਂਕ ਕੱਟਦੇ ਨੇ, ਐਂਡ ਦੇ ਵਿਲ ਕੱਟ ਰੈਂਕ ਫਰੋਮ ਯੋਰ ਅਕਾਊਂਟ ਐਂਡ ਯੂ ਵਿਲ ਬੀ ਸਟਕ ਵਿਦ ਦੈਮ ਫੋਰ ਅਨਦਰ 1 ਈਅਰ. ਸੋ ਕੇਅਰਫੁਲੀ ਰੀਡ ਐਨੀ ਲੀਸ ਅਗਰੀਮੈਂਟ. ਯੂਟੀਲਿਟੀਜ਼ ਇਨਕਲੂਡਿੰਗ ਹੈਗੀ ਹੈ ਕਿ ਨਹੀਂ ਹੈਗੀ, ਫਰਨਿਸ਼ਡ ਹੈ ਕਿ ਨਹੀਂ ਫਰਨਿਸ਼ਡ ਹੈਗਾ. ਸੋ ਮਾਈ ਨੈਕਸਟ ਪੁਆਇੰਟ ਇਜ਼, ਜਦੋਂ ਤੁਸੀਂ ਇੱਥੇ ਆਓਗੇ ਤਾਂ ਯੂ ਹੈਵ ਫਾਊਂਡ ਯੋਰ ਹਾਊਸਿੰਗ, ਤੁਹਾਨੂੰ ਫਸਟ ਅਤੇ ਲਾਸਟ ਮੰਥ ਦਾ ਰੈਂਟ ਦੇਣਾ ਹੀ ਪਏਗਾ. ਪਲੱਸ ਕਈ ਸਿਚੁਏਸ਼ਨ 'ਚ, ਸਾਰੇ ਅਪਾਰਟਮੈਂਟਸ ਲਈ ਨਹੀਂ, ਬਟ ਕਈ ਵਾਰੀ ਤੁਹਾਨੂੰ ਕੀ ਡਿਪੋਜ਼ਿਟ ਦੇਣਾ ਹੋਏਗਾ ਜੋ ਕਿ ਰਿਫੰਡੇਬਲ ਹੋ. ਐਂਡ ਮਾਈ ਨੈਕਸਟ ਪੁਆਇੰਟ ਇਜ਼, ਇਫ ਯੂ ਆਰ ਕਮਿੰਗ ਐਜ਼ ਅ ਸਟੂਡੈਂਟ, ਟਰਾਈ ਟੂ ਫਾਈਂਡ ਯੋਰ ਹਾਊਸਿੰਗ ਨੀਅਰ ਟੂ ਯੋਰ ਕਾਲਜ. ਫਾਈਂਡ ਸਟੂਡੈਂਟ ਹਾਊਸਿੰਗ ਹੈ ਜਾਂ ਨੋਰਮਲ ਅਪਾਰਟਮੈਂਟ ਹੈ, ਫਾਈਂਡ ਹਾਊਸ ਹੈ ਜਿੱਦਾਂ ਵੀ ਹੈ. ਅਗਰ ਤੁਸੀਂ ਔਨ ਕੈਂਪਸ ਨਹੀਂ ਰਹਿ ਰਹੇ, ਔਫ ਕੈਂਪਸ ਰਹਿ ਰਹੇ ਹੋ, ਟਰਾਈ ਟੂ ਫਾਈਂਡ ਇਟ ਨੀਅਰ ਟੂ ਯੋਰ ਹਾਊਸ. ਐਡੀਕਲ ਵਾਈਜ਼ ਕਲਾਸਿਸ ਲੇਟ ਹੋ ਸਕਦੀਆਂ, ਜਾਂ ਫਿਰ ਤੁਹਾਨੂੰ ਲਾਇਬ੍ਰੇਰੀ ਵਿੱਚ ਲੇਟ ਰਹਿਣਾ ਪੈ ਸਕਦਾ. ਅਬੇ ਜਲਦੀ ਬੋਲ, ਕੱਲ ਸਵੇਰ ਪਨਵੇਲ ਨਿਕਲਣਾ ਹੈ. ਤੇ ਜਦੋਂ ਤੁਸੀਂ ਆਓਗੇ, ਅਗਰ ਤੁਸੀਂ ਅਪਾਰਟਮੈਂਟ ਲੰਬਣ ਜਾ ਰਹੇ ਹੋ, ਮੈਂ ਕਹਾਂਗੀ ਪਹਿਲਾਂ ਆਪਣੇ ਬੈਂਕ ਦਾ ਕੰਮ ਕਰਕੇ ਜਾਣਾ. ਉਹ ਡਾਇਰੈਕਟ ਡਿਪੋਜ਼ਿਟ ਫਾਰਮ ਮੰਗਣਗੇ, ਜਿਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਹਰ ਮਹੀਨੇ ਰੈਂਟ ਆਪਣੇ ਆਪ ਅਕਾਊਂਟ ਤੋਂ ਕੱਟੇ ਜਾਂਦੇ ਨੇ. ਇਫ ਯੂ ਲਾਈਕ ਦਿਸ ਵੀਡੀਓ, ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ. ਇਟ ਵਿਲ ਮੀਨ ਯੂਨੀਵਰਸ ਟੂ ਮੀ, ਨਾਟ ਓਨਲੀ ਵਰਲਡ ਬਟ ਇਟ ਵਿਲ ਮੀਨ ਯੂਨੀਵਰਸ ਟੂ ਮੀ. ਸੋ ਪਲੀਜ਼ ਸਬਸਕ੍ਰਾਈਬ ਐਂਡ ਲਾਈਕ ਐਂਡ ਸ਼ੇਅਰ ਵਿਦ ਯੋਰ ਫਰੈਂਡਸ ਐਂਡ ਫੈਮਿਲੀ, ਐਂਡ ਡੋਂਟ ਫੋਰਗੇਟ ਟੂ ਕਮੈਂਟ ਵਿਚ ਵੀਡੀਓ ਯੂ ਵਾਂਟ ਟੂ ਸੀ ਨੈਕਸਟ. ਟਿਲ ਦੈਨ, ਬਾਏ ਬਾਏ.